ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 7 ਜਨਵਰੀ 2022 ਦੇ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸਚਨਸ ਹਰੇਕ ਕੁਐਸਚਨ ਦੇ ਨਾਲ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਤੇ ਜਿਹੜੇ ਵੀ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਮੈਂ ਉਹਨਾਂ ਨੂੰ ਰਿਕੁਐਸਟ ਕਰਦੀ ਆਂ ਕਿ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਤੇ ਔਨ ਕਰ ਲਵੋ ਤਾਂ ਜੋ ਮੇਰੀ ਅੱਗੇ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੇ ਤੇ ਇਸ ਦੇ ਨਾਲ ਹੀ ਜਿਹੜੇ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਵਾਂਗੀ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਹਰੇਕ ਕੁਐਸਚਨ ਦੇ ਨਾਲ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਕਿਸ ਬੈਂਕ ਨੇ ਆਫਲਾਈਨ ਡਿਜੀਟਲ ਪੁਗਤਾਨ ਫਰੇਮਵਰਕ ਜਾਰੀ ਕੀਤਾ ਹੈ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ ਆਰਬੀਆਈ ਆਰਬੀਆਈ ਬੈਂਕ ਨੇ ਆਫਲਾਈਨ ਡਿਜੀਟਲ ਪੁਗਤਾਨ ਫਰੇਮਵਰਕ ਜਾਰੀ ਕੀਤਾ ਹੁਣ ਅਸੀਂ ਗੱਲ ਕਰ ਰਹੇ ਹਾਂ ਆਰਬੀਆਈ ਦੀ ਤਾਂ ਆਰਬੀਆਈ ਦੀ ਸਥਾਪਨਾ ਕਦੋਂ ਹੋਈ 1935 ਦੇ ਵਿੱਚ ਇਹਦਾ ਹੈੱਡਕੁਆਰਟਰ ਕਿੱਥੇ ਆ ਮੁੰਬਈ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਹਦੇ ਗਵਰਨਰ ਕੌਣ ਨੇ ਸ਼ਕਤੀਕਾਂਤ ਦਾਸ ਇਹ 25ਵੇਂ ਗਵਰਨਰ ਆ ਠੀਕ ਹੈ ਤੇ ਇਹਨਾਂ ਦਾ ਹੀ ਐਡੀਸ਼ਨਲ ਚਾਰਜ ਆ ਜਿਹੜਾ ਵਧਾ ਦਿੱਤਾ ਗਿਆ ਹੈ ਜਾਂ ਕਿ ਉਹ ਕਾਰਜਕਾਲ ਇਹਨਾਂ ਦਾ ਵਧਾ ਦਿੱਤਾ ਗਿਆ ਹੈ ਨੈਕਸਟ ਕੁਐਸਚਨ ਰਾਸ਼ਟਰੀ ਪੰਛੀ ਦਿਵਸ ਕਦੋਂ ਮਨਾਇਆ ਗਿਆ ਹੈ ਹਾਂਜੀ ਜਾਂ ਫਿਰ ਕੁਐਸਚਨ ਰਾਸ਼ਟਰੀ ਪੰਛੀ ਦਿਵਸ ਕਦੋਂ ਮਨਾਇਆ ਜਾਂਦਾ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ 5 ਜਨਵਰੀ ਨੂੰ ਹਰ ਸਾਲ 5 ਜਨਵਰੀ ਨੂੰ ਰਾਸ਼ਟਰੀ ਪੰਛੀ ਦਿਵਸ ਮਨਾਇਆ ਜਾਂਦਾ ਹੈ ਪੰਛੀਆਂ ਦੀ ਸੁਰੱਖਿਆ ਨੂੰ ਵਧਾਵਾ ਦੇਣ ਦੇ ਲਈ ਹਰ ਸਾਲ 5 ਜਨਵਰੀ ਨੂੰ ਪੰਛੀ ਰਾਸ਼ਟਰੀ ਪੰਛੀ ਦਿਵਸ ਮਨਾਇਆ ਜਾਂਦਾ ਹੈ ਨੈਸ਼ਨਲ ਠੀਕ ਹੈ ਯਾਦ ਰੱਖਣਾ ਤੁਸੀਂ ਨੈਕਸਟ ਕੁਐਸਚਨ ਰਵਾਇਤੀ ਨਵੇਂ ਸਾਲ ਦਾ ਲੋਸਾਰ ਤਿਹਾਰ ਕਿੱਥੇ ਮਨਾਇਆ ਜਾਂਦਾ ਹੈ ਹਾਂਜੀ ਰਵਾਇਤੀ ਨਵੇਂ ਸਾਲ ਦਾ ਲੋਸਰ ਤਿਹਾਰ ਮਨਾਇਆ ਗਿਆ ਹੈ ਲੋਸਰ ਠੀਕ ਹੈ ਲੋਸਰ ਫੈਸਟੀਵਲ ਤੇ ਕਿੱਥੇ ਮਨਾਇਆ ਜਾਂਦਾ ਇਲਦਾਖ ਦੇ ਵਿੱਚ ਮਨਾਇਆ ਜਾਂਦਾ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਠੀਕ ਹੈ ਲਦਾਖ ਦੇ ਵਿੱਚ ਮਨਾਇਆ ਜਾਂਦਾ ਵਾ ਤੇ ਕਦੋਂ ਮਨਾਇਆ ਗਿਆ ਇਹ ਨਵੇਂ ਸਾਲ ਤੇ ਮਨਾਇਆ ਗਿਆ ਵਾ ਜਾਨੀ ਕਿ 1 ਜਨਵਰੀ ਨੂੰ ਮਨਾਇਆ ਗਿਆ ਹੈ ਲੋਸਰ ਤਿਹਾਰ ਲਦਾਖ ਦੇ ਵਿੱਚ ਹੁਣ ਅਸੀਂ ਗੱਲ ਕਰ ਰਹੇ ਹਾਂ ਲਦਾਖ ਦੀ ਤਾਂ ਲਦਾਖ ਦੇ ਲੈਫਟੀਨੈਂਟ ਗਵਰਨਰ ਕੌਣ ਨੇ ਆਰ ਕੇ ਮਾਥੁਰ ਜਾਣ ਕੇ ਰਾਧਾ ਕ੍ਰਿਸ਼ਨਨ ਮਾਥੁਰ ਨੈਕਸਟ ਕੁਐਸਚਨ ਫੋਟੋ ਪੱਤਰਕਾਰੀ ਵਿੱਚ ਰਾਮਨਾਥ ਗੋਇੰਕਾ ਪੁਰਸਕਾਰ ਕਿਸ ਨੇ ਜਿੱਤਿਆ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਜਿਸਾਨ ਏ ਲਤੀਫ ਨੇ ਜਿਸਾਨ ਏ ਲਤੀਫ ਨੇ ਫੋਟੋ ਪੱਤਰਕਾਰੀ ਵਿੱਚ ਰਾਮਨਾਥ ਗੋਇੰਕਾ ਪੁਰਸਕਾਰ ਜਿੱਤਿਆ ਹੈ ਇਹਨਾਂ ਨੇ ਰਾਸ਼ਟਰੀ ਨਾਗਰਿਕ ਰਿਪੋਰਟ ਤੋਂ ਜੋ ਲੋਕ ਹਟਾ ਦਿੱਤੇ ਗਏ ਸੀ ਉਹਨਾਂ ਦੀ ਰਿਪੋਰਟ ਤਿਆਰ ਕੀਤੀ ਆ ਇਸੇ ਕਰਕੇ ਇਹਨਾਂ ਨੂੰ ਰਾਮਨਾਥ ਗੋਇੰਕਾ ਪੁਰਸਕਾਰ ਦਾ ਅਵਾਰਡ ਦਿੱਤਾ ਗਿਆ ਨੈਕਸਟ ਕੁਐਸਚਨ ਪਦਮ ਸੇਰੀਜ਼ ਅਵਾਰਡ ਸਿੱਧੂ ਤਾਈ ਸੰਪਕਲ ਦਾ ਦੇਹਾਂ ਤੋਂ ਹੋਇਆ ਉਹ ਕੌਣ ਸੀ ਹਾਂਜੀ ਸਿੱਧੂ ਤਾਈ ਸੰਪਕਲ ਇਹਨਾਂ ਨੂੰ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਤੇ ਇਹ ਕੌਣ ਸੀਗੇ ਇੱਕ ਸੋਸ਼ਲ ਵਰਕਰ ਸੀ ਜਾਨੀ ਕਿ ਸਮਾਜ ਸੇਵੀ ਸੀ ਤੇ ਹਾਂਜੀ ਲਾਸਟ ਈਅਰ ਇਹਨਾਂ ਨੂੰ ਪਦਮ ਸਿਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਇਹਨਾਂ ਨੇ ਆਪਣੇ ਪੂਰੇ ਜੀਵਨ ਦੇ ਵਿੱਚ 1000 ਬੱਚਿਆਂ ਨੂੰ ਗੋਦ ਲਿਆ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਤੇ ਉਹਨਾਂ ਦਾ ਕੈਰੀਅਰ ਬਣਾਇਆ ਇਸੇ ਕਰਕੇ ਇਹਨਾਂ ਨੂੰ ਪਦਮ ਸਿਰੀ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਤੇ ਇਹਨਾਂ ਦਾ ਨਾਮ ਤੁਸੀਂ ਯਾਦ ਰੱਖਣਾ ਸਿੰਤੂ ਤਾਈ ਸੰਕਲ ਤੇ ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਆ ਨੈਕਸਟ ਕੁਐਸ਼ਨ ਕੌਣ ਬਣਿਆ ਸੰਯੁਕਤ ਰਾਸ਼ਟਰ ਅੱਤਵਾਦ ਵਿਰੋਧੀ ਕਮੇਟੀ ਦਾ ਚੇਅਰਮੈਨ ਹਾਂਜੀ ਇਹਨਾਂ ਦੇ ਵਿੱਚੋਂ ਸੰਯੁਕਤ ਰਾਸ਼ਟਰ ਅੱਤਵਾਦ ਵਿਰੋਧੀ ਕਮੇਟੀ ਦੇ ਚੇਅਰਮੈਨ ਕੌਣ ਬਣੇ ਨੇ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ ਟੀ ਐਸ ਤ੍ਰਿਮੂਰਤੀ ਟੀ ਐਸ ਤ੍ਰਿਮੂਰਤੀ ਸੰਯੁਕਤ ਰਾਸ਼ਟਰ ਅੱਤਵਾਦ ਵਿਰੋਧੀ ਕਮੇਟੀ ਦੇ ਚੇਅਰਮੈਨ ਬਣਿਆ ਨੈਕਸਟ ਕੁਐਸ਼ਨ ਦੱਖਣੀ ਧਰੋਵ ਦੇ ਇਕਲੇ ਸੌਰੀ ਦੱਖਣੀ ਧਰਵ ਦੀ ਇਕੱਲੇ ਯਾਤਰਾ ਕਰਨ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਕੌਣ ਬਣੀ ਹੈ ਹਾਂਜੀ ਭਾਰਤੀ ਮੂਲ ਦੀ ਪਹਿਲੀ ਔਰਤ ਬਣੀ ਹੈ ਹਰਪ੍ਰੀਤ ਚੰਨੀ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਦੱਖਣੀ ਧਰਵ ਦੀ ਇਕੱਲੀ ਯਾਤਰਾ ਕਰਨ ਵਾਲੀ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਓਮਿਕਰੋਨ ਵੇਰੀਐਂਟ ਦੀ ਜਾਂਚ ਲਈ ਪਹਿਲੀ ਸਵਦੇਸ਼ੀ ਕਿੱਟ ਨੂੰ ਮਨਜ਼ੂਰੀ ਦਿੱਤੀ ਆ ਤੇ ਉਸ ਦਾ ਨਾਮ ਕੀ ਆ ਹਾਂਜੀ ਓਮਿਕਰੋਨ ਓਮੀਕਰੋਨ ਠੀਕ ਹੈ ਓਮੀਕਰੋਨ ਵੇਰੀਐਂਟ ਦੀ ਜਾਂਚ ਦੇ ਲਈ ਪਹਿਲੀ ਸਵਦੇਸ਼ੀ ਕਿੱਟ ਨੂੰ ਜਿਹੜੀ ਮਨਜ਼ੂਰੀ ਮਿਲੀ ਆ ਉਹਦਾ ਨਾਮ ਆ ਓਮੀਸ਼ੋਰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਠੀਕ ਹੈ ਜਿੱਦਾਂ ਕਰੋਨਾ ਟੈਸਟ ਹੁੰਦਾ ਵਾ ਉਸੇ ਤਰ੍ਹਾਂ ਸੇਮ ਹੀ ਦਾ ਟੈਸਟ ਵੀ ਹੋਇਆ ਕਰੇਗਾ ਓਮੀਕਰੋਨ ਦਾ ਸੇਮ ਹੀ ਗੱਟਾ ਪਰ ਉਹਦਾ ਨਾਮ ਕੀ ਆ ਓਮੀਸ਼ੋਰ ਨੈਕਸਟ ਕੁਐਸਚਨ ਹਾਂਜੀ ਤੁਸੀਂ ਇਹ ਵੀ ਯਾਦ ਰੱਖਣਾ ਇੱਥੇ ਤੁਹਾਨੂੰ ਕੁਸ਼ ਨਹੀਂ ਵੀ ਬਣ ਸਕਦਾ ਵਾ ਦੇਖੋ ਇਸ ਨੂੰ ਟਾਟਾ ਮੈਡੀਕਲ ਅਤੇ ਡਾਇਗਨੋਸਟਿਕ ਨੇ ਬਣਾਇਆ ਵਾ ਠੀਕ ਹੈ ਨੈਕਸਟ ਕੁਐਸ਼ਨ ਅਮਰੀਕੀ ਜਲ ਸੈਨਾ ਵਿੱਚ ਪਰਮਾਣੂ ਜਹਾਜ਼ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਕੌਣ ਬਣ ਗਈ ਆ ਹਾਂਜੀ ਅਮਰੀਕੀ ਜਲ ਸੈਨਾ ਵਿੱਚ ਪਰਮਾਣੂ ਜਹਾਜ਼ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਬਣੀ ਆ ਐਮੀ ਜਾਨਕੀ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਐਮੀ ਬਰਨ ਸਿਮਟ ਨੈਕਸਟ ਕੁਐਸ਼ਨ ਕਿਸ ਭੁਗਤਾਨ ਬੈਂਕ ਨੂੰ ਅਨੁਸੂਚਿਤ ਬੈਂਕ ਦਾ ਦਰਜਾ ਮਿਲਿਆ ਹੈ ਹਾਂਜੀ ਇਹਨਾਂ ਦੇ ਵਿੱਚੋਂ ਕਿਹੜੀ ਬੈਂਕ ਆ ਜਿਹਨੂੰ ਅਨੁਸੂਚਿਤ ਬੈਂਕ ਦਾ ਦਰਜਾ ਮਿਲਿਆ ਵਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ Airtel Airtel ਪੇਮੈਂਟ ਬੈਂਕ ਨੂੰ RBI ਨੇ ਅਨੁਸੂਚਿਤ ਬੈਂਕ ਘੋਸ਼ਿਤ ਕੀਤਾ ਹੈ ਅਨਸੂਚਿਤ ਜਾਂ ਕਹੋ ਅਨੁਸੂਚਿਤ ਬੈਂਕ ਦਾ ਦਰਜਾ ਦਿੱਤਾ ਹੈ ਠੀਕ ਹੈ ਨੈਕਸਟ ਕੁਐਸ਼ਨ ਕਿਸ ਰਾਜ ਦੇ ਗੰਜਮ ਜ਼ਿਲ੍ਹੇ ਨੂੰ ਹੁਣ ਬਾਲਵੀਆ ਮੁਕਤਕੋਸ਼ਿਤ ਕੀਤਾ ਗਿਆ ਹੈ ਹਾਂਜੀ ਬਾਲ ਵਿਆਹ ਮੁਕਤਕੋਸ਼ਿਤ ਕੀਤਾ ਗਿਆ ਹੈ ਉੜੀਸਾ ਦੇ ਗੰਜਮ ਜ਼ਿਲ੍ਹੇ ਨੂੰ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਉੜੀਸਾ ਦਾ ਜ਼ਿਲ੍ਹਾ ਵਾ ਗੰਜਮ ਤੇ ਐਸ ਨੂੰ ਬਾਲ ਵਿਵਾਹ ਮੁਕਤਕੋਸ਼ਿਤ ਕੀਤਾ ਗਿਆ ਹਾਂਜੀ ਲਗਭਗ 450 ਵਿਆਹ ਰੋਕੇ ਗਏ ਇੱਕ ਸਾਲ ਵਿੱਚ ਇਸ ਤੋਂ ਬਾਅਦ ਗੰਜਮ ਜ਼ਿਲ੍ਹੇ ਦਾ ਜਿਲੇ ਨੇ ਖੁਦ ਨੂੰ ਬਾਲ ਵਿਆਖੋਸ਼ਿਤ ਕੀਤਾ ਵਾ ਠੀਕ ਹੈ ਹੁਣ ਅਸੀਂ ਗੱਲ ਕਰ ਰਹੇ ਹਾਂ ਓਡੀਸਾ ਦੀ ਤਾਂ ਓਡੀਸਾ ਦੀ ਕੈਪੀਟਲ ਕੀ ਆ ਭੁਵਨੇਸ਼ਵਰ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਨਵੀਨ ਪਟਨਾਇਕ ਤੇ ਇੱਥੋਂ ਦੇ ਗਵਰਨਰ ਕੌਣ ਨੇ ਗਣੇਸ਼ੀਲਾ ਹਰ ਸਾਲ ਓਡੀਸਾ ਦਿਵਸ 1 ਕਪ੍ਰੈਲ ਨੂੰ ਮਨਾਇਆ ਜਾਂਦਾ ਵਾ ਓਡੀਸਾ ਦੇ ਵਿੱਚ ਸਭ ਤੋਂ ਲੰਬੇ ਪੁਲ ਟੀ ਛੇਤੂ ਦਾ ਉਦਘਾਟਨ ਕੀਤਾ ਗਿਆ ਕਿੱਥੇ ਕੀਤਾ ਗਿਆ ਓਡੀਸਾ ਦੇ ਕਟਕ ਦੇ ਵਿੱਚ ਉਡੀਸਾ ਦੇ ਵਿੱਚ ਸਰਫਿਸ ਟੂ ਸਰਵਿਸ ਗਾਈਡੈਂਸ ਬੈਲ ਸੌਰੀ ਬੈਲਿਸਟਿਕ ਮਿਜ਼ਾਈਲ ਦਾ ਜਿਹਦਾ ਨਾਮ ਆ ਪਰਲੇ ਉਹਦਾ ਸਫਲਪੂਰਨ ਪਰਖਣ ਕੀਤਾ ਗਿਆ ਆਪ ਦਾ ਪ੍ਰਬੰਧਨ ਨੂੰ ਪ੍ਰਮੁੱਖ ਵਿਸ਼ਾ ਘੋਸ਼ਿਤ ਕੀਤਾ ਉਡੀਸਾ ਨੇ ਅਰਬਨ ਗਵਰਨਰ ਇੰਡੈਕਸ ਦੇ ਵਿੱਚ ਉਡੀਸਾ ਟੌਪ ਤੇ ਆ ਸਵਸ ਬਿੰਦੂ ਸਾਗਰ ਪਹਿਲ ਉਡੀਸਾ ਦੇ ਵਿੱਚ ਸ਼ੁਰੂ ਹੋਈ ਸਮਾਰਟ ਹੈਲਥ ਕਾਰਡ ਵੰਡਣ ਦੀ ਯੋਜਨਾ ਵੀ ਉਡੀਸਾ ਦੇ ਵਿੱਚ ਸ਼ੁਰੂ ਹੋਈ ਗਰੀਮਾ ਨਾਮ ਦੀ ਨਮੀ ਸਕੀਮ ਉੜੀਸਾ ਦੇ ਵਿੱਚ ਸ਼ੁਰੂ ਹੋਈ ਡਰਿੰਕ ਫਰੋਮ ਟੈਪਸ ਸਕੀਮ ਉੜੀਸਾ ਦੇ ਵਿੱਚ ਸ਼ੁਰੂ ਹੋਈ ਉੜੀਸਾ ਦੇ ਵਿੱਚ ਸੂਨਾਵੇੜਾ ਵਾਈਲਡਲਾਈਫ ਸੈਂਚਰੀ ਆ ਕੋਠਾਗਨ ਵਾਈਲਡਲਾਈਫ ਸੈਂਚਰੀ ਆ ਬੈਸੀਪਲੀ ਵਾਈਲਡਲਾਈਫ ਸੈਂਚਰੀ ਆ ਦੇਵਰੀਗਨ ਵਾਈਲਡਲਾਈਫ ਸੈਂਚਰੀ ਆ ਗਹੀਰ ਮੱਠ ਵਾਈਲਡਲਾਈਫ ਸੈਂਚਰੀ ਆ ਉੜੀਸਾ ਦੇ ਵਿੱਚ ਚਿਲਕਾ ਝੀਲ ਹੈ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਆ ਉੜੀਸਾ ਦੇ ਵਿੱਚ ਰੱਜ ਪਰਵ ਚੈਤਰ ਯਾਤਰਾ ਉਤਸਵ ਮਨਾਇਆ ਜਾਂਦਾ ਹੈ ਉੜੀਸਾ ਦੇ ਵਿੱਚ ਰੁਸੀਕੁਲੀਆ ਬੀਚਾ ਗੋਲਡਨ ਬੀਚਾ ਉੜੀਸਾ ਦੇ ਦੋ ਪਿੰਡ ਆ ਵਕੈਂਟਾ ਰਾਏਪੁਰ ਅਤੇ ਨੋਲਿਆ ਸਾਹੀ ਇਹਨਾਂ ਦੋਨਾਂ ਨੂੰ ਯੂਨੈਸਕੋ ਨੇ ਸੁਨਾਮੀ ਰੈਡੀ ਡਿਕਲੇਅਰ ਕੀਤਾ ਉੜੀਸਾ ਦੇ ਵਿੱਚ ਭੀਤਰ ਕਨੀਕਾ ਨੈਸ਼ਨਲ ਪਾਰਕ ਨੰਦਨ ਕੰਨਨ ਚਿੜੀਆਘਰ ਇੱਕ ਪਾਇਕਾ ਵਿਦਰੋਹ ਆ ਇਹ 1820 ਦੇ ਵਿੱਚ ਉੜੀਸਾ ਦੇ ਵਿੱਚ ਹੋਇਆ ਸੀ ਉੜੀਸਾ ਨੇ ਰੀਸੈਂਟਲੀ ਇਸ ਨੂੰ ਸੁਤੰਤਰਤਾ ਦਾ ਪਹਿਲਾ ਯੁੱਧ ਮੰਨਣ ਨੂੰ ਕੇਂਦਰ ਤੋਂ ਮੰਗ ਕੀਤੀ ਸੀ ਕੇਂਦਰ ਸਰਕਾਰ ਨੇ ਮਨਾਂ ਕਰ ਦਿੱਤਾ ਸੰਤੰਤਰਤਾ ਦਾ ਪਹਿਲਾ ਯੁੱਧ ਕਿਹੜਾ ਵਾ 1857 ਦਾ ਵਿਦਰੋਹ ਤੇ ਉਸ ਨੂੰ ਹੀ ਪਹਿਲਾ ਯੁੱਧ ਮੰਨਿਆ ਜਾਵੇਗਾ ਠੀਕ ਹੈ ਇਹ 1820 ਚ ਹੋਇਆ ਕਰਕੇ ਉੜੀਸਾ ਨੇ ਮੰਗ ਕੀਤੀ ਸੀ ਕਿ ਇਸ ਨੂੰ ਹੀ ਮੰਨਿਆ ਜਾਵੇ ਪਰ ਇਹ ਨਹੀਂ ਹੋਇਆ ਕੇਂਦਰ ਸਰਕਾਰ ਨੇ ਮਨਾਂ ਕਰ ਦਿੱਤਾ ਉੜੀਸਾ ਦੇ ਵਿੱਚ ਅਖਿਲ ਭਾਰਤੀ ਸਰਕਾਰੀ ਭਾਸ਼ਾ ਵਿਗਿਆਨਿਕ ਅਤੇ ਤਕਨੀਕੀ ਸੈਮੀਨਾਰ ਦਾ ਵੀ ਆਯੋਜਨ ਕੀਤਾ ਗਿਆ ਇਹਨਾਂ ਤੁਸੀਂ ਯਾਦ ਰੱਖਣਾ ਉੜੀਸਾ ਦੇ ਬਾਰੇ ਨੈਕਸਟ ਕੁਐਸਚਨ ਹੈ ਜੀ ਪ੍ਰਧਾਨ ਮੰਤਰੀ ਮੋਦੀ ਨੇ ਮਹਾਰਾਜਾ ਬੀਰ ਬਿਕਰਮ ਹਵਾਈ ਅੱਡੇ ਦੇ ਨਵੇਂ ਟਰਮੀਨਲ ਦਾ ਉਦਘਾਟਨ ਕਿੱਥੇ ਕੀਤਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਤ੍ਰਿਪੁਰਾ ਤ੍ਰਿਪੁਰਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਜਾ ਬੀਰ ਬਿਕਰਮ ਹਵਾਈ ਅੱਡੇ ਦੇ ਨਵੇਂ ਟਰਮੀਨਲ ਦਾ ਉਦਘਾਟਨ ਕੀਤਾ ਠੀਕ ਹੈ ਇਸ ਨੂੰ ਬਣਾਉਣ ਤੇ ਜਿਹੜੀ ਲਾਗਤ ਆਈ ਆ ਉਹ 450 ਕਰੋੜ ਲਾਗਤ ਆਈ ਆ ਠੀਕ ਹੈ ਜੀ ਇਹ ਵੀ ਤੁਸੀਂ ਯਾਦ ਰੱਖਣਾ ਹੁਣ ਅਸੀਂ ਗੱਲ ਕਰ ਰਹੀਆਂ ਤ੍ਰਿਪੁਰਾ ਦੀ ਤ੍ਰਿਪੁਰਾ ਦੀ ਕੈਪੀਟਲ ਕੀ ਆ ਅਗਰਤਲਾ ਇੱਥੋਂ ਦੇ ਚੀਫ ਮਿਨਿਸਟਰ ਆ ਵਿਪਲਵ ਕੁਮਾਰ ਦੇਵ ਤੇ ਇੱਥੋਂ ਦੇ ਗਵਰਨਰ ਆ ਸਤਿਆਦੇਵ ਨਰਾਇਣ ਆਰੀਆ ਨੈਕਸਟ ਕੁਐਸ਼ਨ ਆਰਬੀਆਈ ਦੇ ਨਵੇਂ ਕਾਰਜਕਾਰੀ ਨਿਰਦੇਸ਼ਕ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਹਾਂਜੀ ਆਰਬੀਆਈ ਦੇ ਨਵੇਂ ਕਾਰਜਕਾਰੀ ਨਿਰਦੇਸ਼ਕ ਦੇ ਵਜੋਂ ਨਿਯੁਕਤ ਕੀਤਾ ਗਿਆ ਹੈ ਦੀਪਕ ਕੁਮਾਰ ਅਜੇ ਕੁਮਾਰ ਚੌਧਰੀ ਆਪਸ਼ਨ ਨੰਬਰ ਸੀ ਇਜ਼ ਆ ਰਾਈਟ ਆਨਸਰ ਬੋਥ ਆਫ ਦੀ ਅਬਵ ਹਾਂਜੀ ਆਰਬੀਆਈ ਦੇ ਨਵੇਂ ਕਾਰਜਕਾਰੀ ਨਿਰਦੇਸ਼ਕ ਵਜੋਂ ਨਿਯੁਕਤ ਕੀਤੇ ਗਏ ਆ ਅਜੇ ਕੁਮਾਰ ਚੌਧਰੀ ਅਤੇ ਦੀਪਕ ਕੁਮਾਰ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਜੀ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ